ਅਸਲਾਮ ਵਾਲੇਕਮ ਜਨਾਬ, ਕੀ ਹਾਲ ਚਾਲ ਹੈ ਤੁਹਾਡਾ? ਪ੍ਰੋਗਰਾਮ ਮੇਰਾ ਮਤਲਬ ਹੈ ਦੇ ਨਾਲ ਤੁਹਾਡਾ ਮੇਜ਼ਬਾਨ ਫਿਰ ਹਾਜ਼ਰ ਹੈ। ਅੱਜ ਦੀ ਇੱਕ ਨਵੀਂ ਖਬਰ ਹੈ। ਖਬਰ ਤਾਂ ਖੈਰ ਪੁਰਾਣੀ ਹੈ, ਲੇਕਿਨ ਇਹਦੇ 'ਤੇ ਮੈਂ ਗੱਲ ਕਰਨਾ ਚਾਹਾਂਗਾ। ਬੜੇ ਲੋਕ ਮਾਇਰਾ ਖਾਨ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ ਕਿ ਉਹਨੂੰ ਸਿਗਰਟ ਨਹੀਂ ਪੀਣੀ ਚਾਹੀਦੀ ਜਾਂ ਉਹਨੂੰ ਕੱਪੜੇ ਕਿਸ ਤਰ੍ਹਾਂ ਦੇ ਪਾਉਣੇ ਚਾਹੀਦੇ ਨੇ। ਅਤੇ ਮੇਰਾ ਖਿਆਲ ਹੈ, ਅਗਰ ਤਾਂ ਉਹ ਸਿਗਰਟ ਤੁਹਾਡੇ ਪੱਲਿਓਂ ਪੀਂਦੀ ਹੈ ਜਾਂ ਤੁਹਾਡੇ ਕੋਲੋਂ ਪੈਸੇ ਲੈ ਕੇ ਕੱਪੜੇ ਪਾਉਂਦੀ ਹੈ, ਫਿਰ ਤਾਂ ਤੁਸੀਂ ਜ਼ਰੂਰ ਉਹਨੂੰ ਆਖੋ ਕਿ ਤੂੰ ਇਸ ਤਰ੍ਹਾਂ ਕਰ ਅਤੇ ਇਸ ਤਰ੍ਹਾਂ ਨਾ ਕਰ। ਅਤੇ ਜੇ ਤੂੰ ਆਪਣੇ ਪੱਲਿਓਂ ਖਾ ਪੀ ਰਹੀ ਹੈ ਤਾਂ ਫਿਰ ਜਿਵੇਂ ਉਹ ਕਰਦੀ ਉਹਨੂੰ ਕਰਨ ਦਿਓ। ਤੁਸੀਂ ਮੇਰਾ ਖਿਆਲ ਹੈ ਆਪਣੇ ਕੰਮ ਨਾਲ ਕੰਮ ਰੱਖੋ ਅਤੇ ਆਪਣੇ ਬਾਰੇ ਸੋਚੋ ਕਿ ਤੁਸੀਂ ਕੀ ਸਹੀ ਅਤੇ ਕੀ ਗਲਤ ਕਰ ਰਹੇ ਹੋ ਅਤੇ ਆਪਣੇ ਆਪ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੋ। ਉਹਨੂੰ ਵੀ ਕਰਨੀ ਚਾਹੀਦੀ ਕੋਸ਼ਿਸ਼, ਲੇਕਿਨ ਇੰਨਾ ਨਾ ਕਿਸੇ ਦੀ ਲਾਈਫ ਦੇ ਵਿੱਚ ਵੜ ਜਾਓ ਅਗਲਾ ਪਰੇਸ਼ਾਨ ਹੋ ਕੇ ਰਹਿ ਜਾਏ। ਬਾਕੀ ਬਹੁਤ ਜ਼ਿਆਦਾ ਮੈਨੂੰ ਗੱਲਾਂ ਨਹੀਂ ਆਉਂਦੀਆਂ, ਅਤੇ ਵੈਸੇ ਵੀ ਹੁਣ ਮੇਰੇ 'ਤੇ ਫਰਜ਼ ਨਹੀਂ ਕਿ ਮੈਂ ਖਬਰਾਂ 'ਤੇ ਖਬਰਾਂ ਹੀ ਦੇਈ ਜਾਵਾਂ। ਠੀਕ ਹੈ ਫਿਰ, ਰੱਬ ਰਾਖਾ, ਅੱਲਾ ਹਾਫਿਜ਼। ਮੈਂ ਹੁਣ ਚਾਹ ਵੀ ਪੀਣੀ ਹੈ।